ਕੱਲੂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਰਾਸ਼ਟਰਪਤੀ ਨਾਲ ਮੁਲਾਕਾਤ ਕਰੇਗਾ ਪੰਜਾਬ ਕਾਂਗਰਸ ਦਾ ਵਫਦ। ਕਾਂਗਰਸ ਨੇ ਕੀਤੀ ਕੋਟਪੂਰਾ ਫਾਇਰਿੰਗ ਦੌਰਾਨ ਦੋ ਸਿੱਖ ਨੌਜਵਾਨਾਂ ਦੀ ਮੌਤ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ। ਮਿਸ਼ਨ 2017 ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਹਲਚਲ ਤੇਜ਼। ਕੈਪਟਨ ਨੇ ਬਿਹਾਰ ਦੀ ਤਰਜ਼ ਤੇ ਪੰਜਾਬ ਵਿੱਚ ਵੀ ਮਹਾਗਠਬੰਧਨ ਦੇ ਦਿੱਤੇ ਸੰਕੇਤ। ਅਕਾਲੀ ਦਲ ਦਾ ਦਾਅਵਾ, ਹਰ ਚੁਣੌਤੀ ਲਈ ਹਾਂ ਤਿਆਰ। ਵਿਧਾਨ ਸਭਾ ਸਪੀਕਰ ਨੇ ਸਵੀਕਾਰ ਕੀਤਾ ਰਮਨਜੀਤ ਸਿੰਘ ਸਿੱਕੀ ਦਾ ਅਸਤੀਫਾ। ਸਿੱਕੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੋਧ ਵਿੱਚ ਦਿੱਤਾ ਸੀ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫਾ। ਖਡੂਰ ਸਾਹਿਬ ਤੋਂ ਸਨ ਕਾਂਗਰਸ ਦੇ ਵਿਧਾਇਕ। 3 ਨਵੰਬਰ ਨੂੰ ਬਠਿੰਡਾ ਵਿੱਚ ਹੋਣ ਵਾਲੀ ਅਕਾਲੀ ਦਲ ਦੀ ਰੈਲੀ ਨੂੰ ਲੈ ਕੇ ਤਿਆਰੀਆਂ ਦਾ ਡਿਪਟੀ ਸੀਐਮ ਨੇ ਲਿਆ ਜਾਇਜ਼ਾ। ਲੱਖਾਂ ਦਾ ਇਕੱਠ ਹੋਣ ਦਾ ਕੀਤਾ ਦਾਅਵਾ। ਬਹਿਬਲ ਗੋਲੀਕਾਂਡ ਵਿੱਚ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ। ਸਰਕਾਰੀ ਨੌਕਰੀ ਦੇ ਨਾਲ ਵਿੱਤੀ ਮਦਦ ਦਾ ਐਲਾਨ। ਨਾਭਾ ਜੇਲ੍ਹ ਵਿੱਚ ਬੰਦ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮਿਲਣ ਗਏ ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਰੋਕਿਆ। ਮਾਨ ਨੇ ਗ੍ਰਿਫਤਾਰ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਕੀਤੀ ਅਪੀਲ। ਡਿਪਟੀ ਸੀਐਮ ਸੁਖਬੀਰ ਬਾਦਲ ਦਾ ਦਾਅਵਾ, ਗ੍ਰਿਫਤਾਰੀਆਂ ਤੋਂ ਬਾਅਦ ਸ਼ਾਂਤ ਹੈ ਮਾਹੌਲ, ਹਾਲੇ ਹੋਰ ਹੋਣਗੀਆਂ ਗ੍ਰਿਫਤਾਰੀਆਂ। 84 ਸਿੱਖ ਕਤਲਿਆਂ ਮਾਮਲੇ ਵਿੱਚ ਟਾਈਟਲਰ ਦੀ ਕਲੋਜ਼ਰ ਰਿਪੋਰਟ ਮਾਮਲੇ ਵਿੱਚ ਸੀਬੀਆਈ ਦਾ ਯੂਟਰਨ। ਕਿਹਾ ਜੇਕਰ ਪੀੜਤ ਧਿਰ ਨਵਾਂ ਗਵਾਹ ਪੇਸ਼ ਕਰੇ ਤਾਂ ਮੁੜ ਤੋਂ ਜਾਂਚ ਕਰਨ ਲਈ ਇਹ ਤਿਆਰ। ਪੀਟੀਆਈ ਦੇ ਹਵਾਲੇ ਤੋਂ ਆਈ ਹੈ ਖਬਰ। ਉਧਰ ਕਲੋਜ਼ਰ ਰਿਪੋਰਟ ਤੇ ਅਦਾਲਤ ਦਾ ਫੈਸਲਾ 4 ਦਸੰਬਰ ਤੱਕ ਟਲਿਆ। ਅੱਜ ਮੋਗਾ ਵਿੱਚ ਜੁੜਨਗੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ। ਪੰਜਾਬ ਸਰਕਾਰ ਖਿਲਾਫ਼ ਵਿੱਢੇ ਸੰਘਰਸ਼ ਦੀ ਅਗਲੀ ਰੂਪ ਰੇਖਾ ਕਰਨਗੇ ਤਿਆਰ। ਹਰਿਆਣਾ ਦੇ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਵਿਚਕਾਰ ਹੋਇਆ ਜ਼ੁਬਾਨੀ ਵਾਰ ਪਲਟਵਾਰ। ਵੀਰੇਂਦਰ ਸਿੰਘ ਬੋਲੇ ਸੀਐਮ ਦੇ ਕੋਲ ਨੇ ਸਾਰੀਆਂ ਸ਼ਕਤੀਆਂ। ਉਧਰ ਸੀਐਮ ਨੇ ਵੀਰੇਂਦਰ ਸਿੰਘ ਤੋਂ ਪੁੱਛਿਆ, 40 ਸਾਲ ਜੀਂਦ ਜ਼ਿਲ੍ਹੇ ਵਿੱਚ ਕੀਤਾ ਰਾਜ, ਫਿਰ ਵੀ ਕਿਉਂ ਨਹੀਂ ਕੀਤਾ ਵਿਕਾਸ? ਜੀਂਦ ਦੇ ਅਲੇਵਾ ਪਿੰਡ ਵਿੱਚ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਣ ਪਹੁੰਚੇ ਸੀ ਸੀਐਮ ਖੱਟਰ। ਹਰਿਆਣਾ ਦੇ 3,581 ਗੈਸਟ ਟੀਚਰਸ ਦੇ ਲਈ ਰਾਹਤ ਦੀ ਖਬਰ। ਪੰਜਾਬ ਹਰਿਆਣਾ ਹਾਈਕੋਰਟ ਨੇ ਪੱਕੀ ਭਰਤੀ ਤੱਕ ਗੈਸਟ ਟੀਚਰਸ ਨੂੰ ਬਹਾਲ ਕੀਤੇ ਜਾਣ ਦੇ ਦਿੱਤੇ ਸੰਕੇਤ। ਦਿੱਤੇ ਹੁਕਮ, ਮਾਰਚ 2016 ਤੱਕ 20,000 ਰੁਪਏ ਮਹੀਨਾਵਾਰ ਤਨਖਾਹ ਲੈਂਦੇ ਰਹਿਣਗੇ ਗੈਸਟ ਟੀਚਰਸ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਆਗੂ ਅਸ਼ੋਕ ਸਿੰਘਲ ਦਾ ਅੱਜ ਦਿੱਲੀ ਦੇ ਨਿਗਮ ਬੋਧ ਘਾਟ ਤੇ ਹੋਵੇਗਾ ਅੰਤਿਮ ਸੰਸਕਾਰ। ਮੰਗਲਵਾਰ ਨੂੰ ਗੁੜਗਾਉਂ ਦੇ ਮੈਦਾਨਤਾ ਹਸਪਤਾਲ ਵਿੱਚ ਹੋਇਆ ਸੀ ਦੇਹਾਂਤ। ਕਾਫੀ ਦਿਨਾਂ ਤੋਂ ਚੱਲ ਰਹੇ ਸਨ ਬਿਮਾਰ।